ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਟੂਡੈਂਟਸ, ਅੱਜ ਦਾ ਆਪਣਾ ਸਵਾਲ ਹੈ ਦ ਓਸਮੋਟਿਕ ਪ੍ਰੈਸ਼ਰ ਆਫ 0.2 ਮੋਲਰ ਸੋਲਿਊਸ਼ਨ ਆਫ ਯੂਰੀਆ ਐਟ 27 ਡਿਗਰੀ ਸੈਲਸੀਅਸ ਇਜ਼। ਇੱਥੇ ਆਪਾਂ ਨੂੰ ਆਰ ਦੀ ਵੈਲਿਊ ਵੀ ਦਿੱਤੀ ਹੋਈ ਹੈ ਤਾਂ ਆਪਾਂ ਨੂੰ ਪੁੱਛਿਆ ਦਾ ਓਸਮੋਟਿਕ ਪ੍ਰੈਸ਼ਰ ਕਿੰਨਾ ਹੋਏਗਾ। ਤਾਂ ਵੈਂਟ ਹੋਫ ਲੋਅ ਆਫ ਓਸਮੋਟਿਕ ਪ੍ਰੈਸ਼ਰ ਦੇ ਅਕੋਰਡਿੰਗ ਆਪਣੇ ਕੋਲ ਫਾਰਮੂਲਾ ਹੁੰਦਾ ਪਾਈ ਇਜ਼ ਇਕੁਅਲ ਟੂ ਸੀ ਆਰ ਟੀ। ਇੱਥੇ ਜਿਹੜਾ ਪਾਈ ਹੈ ਉਹ ਆਪਣਾ ਕੀ ਹੈ, ਓਸਮੋਟਿਕ ਪ੍ਰੈਸ਼ਰ ਹੈ। ਇਹਦੀ ਵੈਲਿਊ ਆਪਾਂ ਕੀ ਕਰਨੀ ਹੈ, ਫਾਇੰਡ ਆਊਟ ਕਰਨੀ ਹੈ। ਸੀ ਆਪਣੇ ਕੋਲ ਕੋਨਸਨਟ੍ਰੇਸ਼ਨ ਹੈ, ਕੋਨਸਨਟ੍ਰੇਸ਼ਨ ਆਪਾਂ ਨੂੰ ਦਿੱਤੀ ਹੋਈ ਹੈ ਸੋਲਿਊਸ਼ਨ 'ਚ ਕਿੰਨੀ, 0.2 ਮੋਲਰ। ਆਰ ਵੀ ਦਿੱਤਾ ਹੋਇਆ ਆਪਣੇ ਕੋਲ 0.0821। ਇਹਦੀ ਯੂਨਿਟਸ ਹੈਗੀਆਂ ਲੀਟਰ, ATM, ਪਰ ਕੈਲਵਿਨ ਪਰ ਮੋਲ। ਟੈਂਪਰੇਚਰ ਆਪਾਂ ਨੂੰ ਗਿਵਨ ਹੈ 27 ਡਿਗਰੀ ਸੈਲਸੀਅਸ, ਇਹ ਆਪਣੇ ਕੋਲ ਕੈਲਵਿਨ 'ਚ ਕਿੰਨਾ ਹੋ ਜਾਏਗਾ, 300 ਕੈਲਵਿਨ। ਤਾਂ ਹੁਣ ਆਪਾਂ ਡਾਇਰੈਕਟਲੀ ਸੀ ਆਰ ਅਤੇ ਟੀ ਦੀ ਵੈਲਿਊਜ਼ ਫਾਰਮੂਲੇ 'ਚ ਸਬਸਟੀਟਿਊਟ ਕਰਾਂਗੇ ਅਤੇ ਓਸਮੋਟਿਕ ਪ੍ਰੈਸ਼ਰ ਦੀ ਵੈਲਿਊ ਫਾਇੰਡ ਆਊਟ ਕਰਾਂਗੇ। ਆਪਣੇ ਕੋਲ ਪਾਈ ਆ ਜਾਏਗਾ 0.2 ਮੋਲਰ ਨੂੰ ਆਪਾਂ ਲਿਖ ਸਕਦੇ ਹਾਂ ਮੋਲ ਪਰ ਲੀਟਰ ਮਲਟੀਪਲਾਈਡ ਬਾਏ ਆਰ ਦੀ ਵੈਲਿਊ ਹੈਗੀ 0.0821 ਲੀਟਰ ATM ਪਰ ਕੈਲਵਿਨ ਪਰ ਮੋਲ। ਟੈਂਪਰੇਚਰ ਹੈਗਾ ਆਪਣੇ ਕੋਲ 300 ਕੈਲਵਿਨ। ਪਹਿਲੇ ਯੂਨਿਟਸ ਦੇਖ ਲੈਂਦੇ ਹਾਂ, ਮੋਲ ਹੋਏਗਾ ਮੋਲ ਨਾਲ ਕੈਂਸਲ, ਲੀਟਰ ਲੀਟਰ ਨਾਲ ਕੈਂਸਲ ਹੋ ਜਾਏਗਾ, ਤੇ ਜਿਹੜਾ ਆਪਣਾ ਕੈਲਵਿਨ ਹੈ ਉਹ ਕੈਲਵਿਨ ਨਾਲ ਕੈਂਸਲ ਹੋ ਜਾਏਗਾ। ਆਪਣੇ ਕੋਲ ਬਚਿਆ ਕੀ, ATM। ਤਾਂ ਓਸਮੋਟਿਕ ਪ੍ਰੈਸ਼ਰ ਦਾ ਯੂਨਿਟ ਕੀ ਹੋਏਗਾ, ATM। ਤੇ ਆਪਣੇ ਕੋਲ ਆ ਜਾਏਗਾ 0.2 ਮਲਟੀਪਲਾਈਡ ਬਾਏ 0.0821 ਇੰਟੂ 300। ਇਹਦੇ ਯੂਨਿਟਸ ਕੀ ਆ ਗਏ ਆਪਣੇ ਕੋਲ, ATM। ਇਹ ਕੈਲਕੂਲੇਸ਼ਨ ਕਰਨ ਤੋਂ ਬਾਅਦ ਆਪਣੇ ਕੋਲ ਪਾਈ ਆ ਜਾਏਗਾ 4.92 ATM। ਤਾਂ ਆਪਣਾ ਓਸਮੋਟਿਕ ਪ੍ਰੈਸ਼ਰ ਦੀ ਵੈਲਿਊ ਆ ਗਈ 4.92 ATM। ਆਪਸ਼ਨ ਦੇਖ ਲੈਂਦੇ ਹਾਂ, ਆਪਣਾ ਪਹਿਲਾ ਆਪਸ਼ਨ 4.92 ਕੀ ਹੋਏਗਾ, ਕਰੈਕਟ ਆਪਸ਼ਨ ਹੋਏਗਾ। ਥੈਂਕ ਯੂ।